ਗੁਰੂਨਗਰੀ ਚ ਪਏ ਮੀਂਹ ਤੋਂ ਬਾਅਦ ਹੈਰੀਟੇਜ ਸਟਰੀਟ ਵੀ ਪਾਣੀ ਦੇ ਵਿੱਚ ਡੁੱਬ ਗਈ ਹੈ। ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਸੰਗਤ ਵੀ ਇਸ ਪਾਣੀ ਦੇ ਵਿੱਚੋਂ ਪਹੁੰਚੇ ਚੁੱਕ ਚੁੱਕ ਕੇ ਲੰਘ ਰਹੀ ਹੈ। ਦਰਬਾਰ ਸਾਹਿਬ ਮੱਥਾ ਟੇਕਣ ਆਉਣ ਵਾਲੀ ਸੰਗਤ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਦੱਸ ਦਈਏ ਕਿ ਗੁਰੂਨਗਰੀ ਦੇ ਵਿੱਚ ਅੰਮ੍ਰਿਤਸਰ ਚ ਲਗਾਤਾਰ ਮੀਂਹ ਪਿਆ ਤੇ ਮੀਂਹ ਪੈਣ ਤੋਂ ਬਾਅਦ ਜਿੱਥੇ ਕਈ ਇਲਾਕਿਆਂ ਦੇ ਵਿੱਚ ਪਾਣੀ ਭਰਿਆ ਹੈ ਤਾਂ ਇਹ ਤਸਵੀਰਾਂ ਹੈਰੀਟੇਜ ਸਟਰੀਟ ਤੋਂ ਸਾਹਮਣੇ ਆਈਆਂ ਨੇ ਜੋ ਕਿ ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਬਾਹਰ ਬਣਾਈ ਗਈ ਹੈ। ਇੱਕ ਰਾਹ ਆ ਜੋ ਸਿੱਧਾ ਗੁਰੂ ਘਰ ਨੂੰ ਜਾਂਦਾ ਹੈ ਤਾਂ ਇਸ ਰਸਤੇ ਦੇ ਵਿੱਚ ਵੀ ਪਾਣੀ ਦੇਖੋ ਕਿਸ ਕਦਰ ਭਰਿਆ ਹੋਇਆ ਹੈ ਕਿ ਸੰਗਤ ਜਿਨ੍ਹਾਂ ਦੇ ਕੋਲ ਸਮਾਨ ਵੀ ਹੈ ਬੈਗ ਵੀ ਚੁੱਕੇ ਹੋਏ ਨੇ ਨਾਲ ਛੋਟੇ ਬੱਚੇ ਵੀ ਨੇ ਤੋ ਇਸ ਪਾਣੀ ਦੇ ਵਿੱਚੋਂ ਲੰਘ ਰਹੇ ਨੇ। ਇੱਕ ਪਾਸੇ ਤੋਂ ਦੂਜੇ ਪਾਸੇ ਜਾਣ ਲਈ ਵੀ ਪਹੁੰਚੇ ਚੁੱਕ ਕੇ ਇਸ ਪਾਣੀ ਨੂੰ ਪਾਰ ਕਰ ਰਹੇ ਨੇ। ਗੱਲ ਕਰੀਏ ਰਿਕਸ਼ਿਆਂ ਦੀ ਜਾਂ ਹੋਰ ਵਾਹਨਾਂ ਦੀ ਤਾਂ ਉਹ ਇਸ ਪਾਣੀ 'ਚੋਂ ਗੁਜ਼ਰ ਰਹੇ ਨੇ ਜਿਸ ਕਰਕੇ ਸੰਗਤ ਨੂੰ ਹੋਰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਇੱਥੇ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਮੀਂਹ ਪਿਆ ਹੈ ਤੇ ਮੀਂਹ ਪੈਣ ਤੋਂ ਬਾਅਦ ਜਿੱਥੇ ਸੀਵਰੇਜ ਸਿਸਟਮ ਦੀ ਨਿਕਾਸੀ ਦਾ ਕੋਈ ਸਾਧਨ ਨਹੀਂ ਹੈ, ਲਗਾਤਾਰ ਪਏ ਮੀਂਹ ਤੋਂ ਬਾਅਦ ਇੱਥੇ ਸੀਵਰੇਜ ਸਿਸਟਮ ਨੂੰ ਲੈ ਕੇ ਸਾਰੀ ਪੋਲ ਖੁੱਲ ਗਈ ਹੈ ਜਿੱਥੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਚੱਲਦਿਆਂ ਹੈਰੀਟੇਜ ਸਟਰੀਟ ਦੇ ਵਿੱਚ ਵੀ ਪਾਣੀ ਖੜ੍ਹਾ ਹੈ। ਮੀਂਹ ਰੁਕ ਚੁੱਕਿਆ ਹੈ ਪਰ ਪਾਣੀ ਉਸੇ ਤਰ੍ਹਾਂ ਹੀ ਖੜ੍ਹਾ ਹੈ ਜਿਹਦੇ ਵਿੱਚੋਂ ਸੰਗਤ ਨੂੰ ਲੰਘਣਾ ਪੈ ਰਿਹਾ ਹੈ ਤੇ ਦਰਬਾਰ ਸਾਹਿਬ ਜਾਣਾ ਹੁਣ ਔਖਾ ਹੋ ਰਿਹਾ ਹੈ। ਪੂਰੀ ਦੇ ਪੂਰੀ ਹੈਰੀਟੇਜ ਸਟਰੀਟ ਹੀ ਪਾਣੀ ਨਾਲ ਭਰ ਚੁੱਕੀ ਹੈ ਤੇ ਦਰਬਾਰ ਸਾਹਿਬ ਤੱਕ ਜਾਣ ਵਾਲਾ ਰਾਹ ਵੀ ਇਸ ਪਾਣੀ 'ਚੋਂ ਹੋ ਕੇ ਹੀ ਜਾ ਰਿਹਾ ਹੈ ਜਿਸ ਲਈ ਦੂਰ ਦੁਰਾਡੇ ਪਹੁੰਚੀਆਂ ਸੰਗਤਾਂ ਜ਼ਿਆਦਾ ਪਰੇਸ਼ਾਨ ਹੋ ਰਹੀਆਂ ਨੇ। ਪਰ ਇੱਥੇ ਇੱਕ ਗੱਲ ਇਹ ਵੀ ਹੈ ਕਿ ਜਿੱਥੇ ਪਾਣੀ ਭਰਿਆ ਹੋਇਆ ਹੈ, ਬਰਸਾਤ ਹੋਈ ਹੈ, ਲਗਾਤਾਰ ਮੀਂਹ ਪਿਆ ਹੈ ਤਾਂ ਫਿਰ ਵੀ ਇਹਨਾਂ ਸੰਗਤਾਂ ਦੀ ਸ਼ਰਧਾ ਜਿਹੜੀ ਹੈ ਘੱਟ ਨਹੀਂ ਹੋ ਰਹੀ ਹੈ। ਸੰਗਤ ਲਗਾਤਾਰ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ, ਫਿਰ ਚਾਹੇ ਇਹ ਪਾਣੀ ਹੀ ਕਿਉਂ ਨਾ ਪਾਰ ਕਰਕੇ ਜਾਣਾ ਪਵੇ। ਉਹਨਾਂ ਨੂੰ ਵੱਡੀ ਗਿਣਤੀ 'ਚ ਸ਼੍ਰੀ ਹਰਿਮੰਦਰ ਸਾਹਿਬ 'ਚ ਸੰਗਤ ਨਤਮਸਤਕ ਹੋਣ ਦੇ ਲਈ ਆਉਂਦੀ ਹੈ ਅਤੇ ਇੱਥੇ ਮੀਂਹ ਤੋਂ ਬਾਅਦ ਵੀ ਪਾਣੀ ਭਰਨ ਤੋਂ ਬਾਅਦ ਵੀ ਸੰਗਤ ਉਸੇ ਤਰ੍ਹਾਂ ਅਥਾਹ ਸ਼ਰਧਾ ਦੇ ਨਾਲ ਗੁਰੂ ਘਰ 'ਚ ਨਤਮਸਤਕ ਹੋ ਰਹੀ ਹੈ। ਗੁਰੂਨਗਰੀ ਚ ਪਏ ਮੀਂਹ ਤੋਂ ਬਾਅਦ ਹੈਰੀਟੇਜ ਸਟਰੀਟ ਵੀ ਪਾਣੀ ਦੇ ਵਿੱਚ ਡੁੱਬ ਗਈ ਹੈ। ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਸੰਗਤ ਵੀ ਇਸ ਪਾਣੀ ਦੇ ਵਿੱਚੋਂ ਪਹੁੰਚੇ ਚੁੱਕ ਚੁੱਕ ਕੇ ਲੰਘ ਰਹੀ ਹੈ। ਦਰਬਾਰ ਸਾਹਿਬ ਮੱਥਾ ਟੇਕਣ ਆਉਣ ਵਾਲੀ ਸੰਗਤ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਗੁਰੂਨਗਰੀ ਦੇ ਵਿੱਚ ਅੰਮ੍ਰਿਤਸਰ 'ਚ ਲਗਾਤਾਰ ਮੀਂਹ ਪਿਆ ਤੇ ਮੀਂਹ ਪੈਣ ਤੋਂ ਬਾਅਦ ਜਿੱਥੇ ਕਈ ਇਲਾਕਿਆਂ ਦੇ ਵਿੱਚ ਪਾਣੀ ਭਰਿਆ ਹੈ ਤਾਂ ਇਹ ਤਸਵੀਰਾਂ ਹੈਰੀਟੇਜ ਸਟਰੀਟ ਤੋਂ ਸਾਹਮਣੇ ਆਈਆਂ ਨੇ ਜੋ ਕਿ ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਬਾਹਰ ਬਣਾਈ ਗਈ ਹੈ। ਇੱਕ ਰਾਹ ਆ ਜੋ ਸਿੱਧਾ ਗੁਰੂ ਘਰ ਨੂੰ ਜਾਂਦਾ ਹੈ ਤਾਂ ਇਸ ਰਸਤੇ ਦੇ ਵਿੱਚ ਵੀ ਪਾਣੀ ਦੇਖੋ ਕਿਸ ਕਦਰ ਭਰਿਆ ਹੋਇਆ ਹੈ ਕਿ ਸੰਗਤ ਜਿਨ੍ਹਾਂ ਦੇ ਕੋਲ ਸਮਾਨ ਵੀ ਹੈ ਬੈਗ ਵੀ ਚੁੱਕੇ ਹੋਏ ਨੇ ਨਾਲ ਛੋਟੇ ਬੱਚੇ ਵੀ ਨੇ ਤੋ ਇਸ ਪਾਣੀ ਦੇ ਵਿੱਚੋਂ ਲੰਘ ਰਹੇ ਨੇ। ਇੱਕ ਪਾਸੇ ਤੋਂ ਦੂਜੇ ਪਾਸੇ ਜਾਣ ਲਈ ਵੀ ਪਹੁੰਚੇ ਚੁੱਕ ਕੇ ਇਸ ਪਾਣੀ ਨੂੰ ਪਾਰ ਕਰ ਰਹੇ ਨੇ। ਗੱਲ ਕਰੀਏ ਰਿਕਸ਼ਿਆਂ ਦੀ ਜਾਂ ਹੋਰ ਵਾਹਨਾਂ ਦੀ ਤਾਂ ਉਹ ਇਸ ਪਾਣੀ 'ਚੋਂ ਗੁਜ਼ਰ ਰਹੇ ਨੇ ਜਿਸ ਕਰਕੇ ਸੰਗਤ ਨੂੰ ਹੋਰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਇੱਥੇ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਮੀਂਹ ਪਿਆ ਤੇ ਮੀਂਹ ਪੈਣ ਤੋਂ ਬਾਅਦ ਜਿੱਥੇ ਸੀਵਰੇਜ ਸਿਸਟਮ ਦੀ ਨਿਕਾਸੀ ਦਾ ਕੋਈ ਸਾਧਨ ਨਹੀਂ ਹੈ,
ਲਗਾਤਾਰ ਪਏ ਮੀਂਹ ਤੋਂ ਬਾਅਦ ਇੱਥੇ ਸੀਵਰੇਜ ਸਿਸਟਮ ਨੂੰ ਲੈ ਕੇ ਸਾਰੀ ਪੋਲ ਖੁੱਲ ਗਈ ਹੈ, ਜਿੱਥੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਚਲਦਿਆਂ ਹੈਰੀਟੇਜ ਸਟਰੀਟ ਦੇ ਵਿੱਚ ਵੀ ਪਾਣੀ ਖੜ੍ਹਾ ਹੈ। ਮੀਂਹ ਰੁਕ ਚੁੱਕਿਆ ਹੈ ਪਰ ਪਾਣੀ ਉਸੇ ਤਰ੍ਹਾਂ ਹੀ ਖੜ੍ਹਾ ਹੈ, ਜਿਹਦੇ ਵਿੱਚੋਂ ਸੰਗਤ ਨੂੰ ਲੰਘਣਾ ਪੈ ਰਿਹਾ ਹੈ ਅਤੇ ਦਰਬਾਰ ਸਾਹਿਬ ਜਾਣਾ ਹੁਣ ਔਖਾ ਹੋ ਰਿਹਾ ਹੈ। ਪੂਰੇ ਦੇ ਪੂਰੀ ਹੈਰੀਟੇਜ ਸਟਰੀਟ ਹੀ ਪਾਣੀ ਨਾਲ ਭਰ ਚੁੱਕੀ ਹੈ ਅਤੇ ਦਰਬਾਰ ਸਾਹਿਬ ਤੱਕ ਜਾਣ ਵਾਲਾ ਰਾਹ ਵੀ ਇਸ ਪਾਣੀ ਚੋਂ ਹੋ ਕੇ ਹੀ ਜਾ ਰਿਹਾ ਹੈ, ਜਿਸ ਲਈ ਦੂਰ ਦੁਰਾਡੇ ਪਹੁੰਚੀਆਂ ਸੰਗਤਾਂ ਜ਼ਿਆਦਾ ਪਰੇਸ਼ਾਨ ਹੋ ਰਹੀਆਂ ਨੇ। ਪਰ ਇੱਥੇ ਇੱਕ ਗੱਲ ਇਹ ਵੀ ਹੈ ਕਿ ਜਿੱਥੇ ਪਾਣੀ ਭਰਿਆ ਹੋਇਆ ਹੈ, ਬਰਸਾਤ ਹੋਈ ਹੈ, ਲਗਾਤਾਰ ਮੀਂਹ ਪਿਆ ਹੈ, ਤਾਂ ਫਿਰ ਵੀ ਇਹਨਾਂ ਸੰਗਤਾਂ ਦੀ ਸ਼ਰਧਾ ਜਿਹੜੀ ਹੈ ਘੱਟ ਨਹੀਂ ਹੋ ਰਹੀ ਹੈ। ਸੰਗਤ ਲਗਾਤਾਰ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ, ਫਿਰ ਚਾਹੇ ਇਹ ਪਾਣੀ ਹੀ ਕਿਉਂ ਨਾ ਪਾਰ ਕਰਕੇ ਜਾਣਾ ਪਵੇ। ਉਹਨਾਂ ਨੂੰ ਵੱਡੀ ਗਿਣਤੀ 'ਚ ਸ਼੍ਰੀ ਹਰਿਮੰਦਰ ਸਾਹਿਬ 'ਚ ਸੰਗਤ ਨਤਮਸਤਕ ਹੋਣ ਦੇ ਲਈ ਆਉਂਦੀ ਹੈ ਅਤੇ ਇੱਥੇ ਮੀਂਹ ਤੋਂ ਬਾਅਦ ਵੀ, ਪਾਣੀ ਭਰਨ ਤੋਂ ਬਾਅਦ ਵੀ ਸੰਗਤ ਉਸੇ ਤਰ੍ਹਾਂ ਅਥਾਹ ਸ਼ਰਧਾ ਦੇ ਨਾਲ ਗੁਰੂ ਘਰ 'ਚ ਨਤਮਸਤਕ ਹੋ ਰਹੀ ਹੈ।